हाँ जी, सत श्री अकाल जी सारिया नूं। अज नवे दिन ते नवे ब्लॉग च तुहाडा स्वागत है। अज आपां आए हां रैडी दे लाइसेंस दा अपने इत्थों रसीद लैणी आ सराबा नगर सहज केंद्र। इत्थों आपां असले दी रसीद मिलदी आ, इत्थों रसीद लै के आपां थाने चों लै के आपां फिर अज डैडी दा असला जमा करा देंगे। आओ भी मित्रों, ਆਪਾਂ ਨਵੇਂ ਰੋਡ 'ਤੇ ਚੜ੍ਹੇ ਚੜ੍ਹਨ ਲੱਗੇ ਹਾਂ, ਫਿਰੋਜ਼ਪੁਰ ਰੋਡ 'ਤੇ। ਡੈਡੀ ਨੂੰ ਪੁੱਛਦੇ ਹਾਂ ਕਿਵੇਂ, ਦੱਸੋ ਕਿਵੇਂ ਡੈਡੀ, ਕਿਵੇਂ ਆ ਰੋਡ? ਵਧੀਆ ਬਣ ਗਿਆ ਨਾ ਹੁਣ, ਸਿੱਧੇ ਉੱਥੇ ਕਚਹਿਰੀਆਂ ਉੱਤਰ ਜਾਣਾ, ਜਾ ਕੇ ਇੱਥੋਂ ਟ੍ਰੈਫਿਕ ਸਾਰੀ ਥੱਲੇ ਰਹਿ ਜਾਣੀ ਆ। ਵਧੀਆ ਚੀਜ਼ ਬਣ ਗਿਆ, ਪੀ ਪੀ ਪਾ ਪਾ ਪੂੰ ਪੂੰ ਸਭ ਸਿਰ ਖਾਣਾ ਸੀਗਾ। ਤੁਸੀਂ ਵੀ ਕਰੋ ਨਵੇਂ ਰੋਡ ਦੇ ਦਰਸ਼ਨ। ਬੱਟ ਕੱਢੇ ਪਏ ਨੇ ਬਾਈ, ਟ੍ਰੈਫਿਕ ਵੀ ਪੂਰੀ ਆ, ਐਂ ਵੀ ਟ੍ਰੈਫਿਕ ਨਹੀਂ ਹੈਗੀ, ਐਂ ਖੱਪਿਆ ਤਾਂ ਮਾਹੌਲ ਆ ਗਿਆ ਬਈ। ਪਾਰਕ ਪਲਾਜ਼ਾ ਦਿਖਾਵਾਂਗੇ ਹੁਣ, ਦੇਖਿਓ ਉੱਪਰੋਂ ਕਿੰਨਾ ਵਧੀਆ ਵਿਊ ਆਉਂਦਾ ਪਾਰਕ ਪਲਾਜ਼ਾ ਦਾ। ਆਹ ਲਓ ਵੀ ਮਿੱਤਰੋ, ਖੱਬੇ ਹੱਥ ਦੇਖੋ ਪਾਰਕ ਪਲਾਜ਼ਾ, ਚੈੱਕ ਕਰੋ ਪਾਰਕ ਪਲਾਜ਼ਾ। ਹਾਂਜੀ ਮਿੱਤਰੋ, ਗੱਡੀ ਖੜਾ ਦਿੱਤੀ ਪਾਰਕਿੰਗ 'ਚ, ਆਪਾਂ ਹੁਣ ਚੱਲਦੇ ਹਾਂ। ਤੁਹਾਨੂੰ ਗੱਡੀ ਦਿਖਾਉਂਦੇ ਹਾਂ, ਬਹੁਤ ਪੁਰਾਣੀ ਖੜੀ ਆ, ਮੈਸਟਰ। ਆਹ ਚੈੱਕ ਕਰੋ ਕਿਹੜੀ ਗੱਡੀ ਖੜੀ ਆ। ਆਹ ਵੀ ਮਿੱਤਰੋ, ਕਚਹਿਰੀਆਂ ਪਹੁੰਚ ਗਏ ਆਪਾਂ, ਇੱਥੇ ਡੈਡੀ ਦੀਆਂ ਆਪਾਂ ਫੋਟੋਆਂ ਕਢਾਉਣੀਆਂ ਨੇ, ਕਿਹੜੇ ਲਾਇਸੈਂਸ ਦੇ ਨਾਲ ਲੱਗਣੀਆਂ ਨੇ। ਕਰੋ ਬਾਈ ਜੀ ਤੋਂ ਮਿੱਤਰੋ, ਆਪਣਾ ਡੈਡੀ ਦਾ ਕੰਮ ਹੋ ਗਿਆ, ਅਸਲੇ ਦਾ ਲਾਇਸੈਂਸ ਜਮ੍ਹਾਂ ਹੋ ਗਿਆ। ਕੰਮ ਹੋਣ ਦੀ ਖੁਸ਼ੀ 'ਚ ਜੂਸ ਪੀਂਦੇ ਹਾਂ ਅਤੇ ਤੁਹਾਨੂੰ ਪਿਆਉਂਦੇ ਹਾਂ। ਮਿੱਤਰੋ ਅੱਜ ਫਸਟ ਡੈਨ ਆ, ਨਾਪਰੀ ਨੇ ਗੱਡੀ ਸਿੱਖਣੀ ਆ, ਉਹਦੇ ਲਈ ਟੈਸਟ ਡਰਾਈਵ ਵਾਲੇ ਆਏ ਨੇ ਗੱਡੀ ਸਿਖਾਉਣ ਵਾਲੇ। ਚਲੋ ਦੇਖਦੇ ਹਾਂ ਸਿੱਖਦੀ ਆ ਜਾਂ ਨਹੀਂ ਸਿੱਖਦੀ। ਕਈ ਨੇ ਕਿਸੇ ਨੇ ਗੱਡੀ ਸਿੱਖਣੀ ਆ ਤਾਂ ਨੰਬਰ 'ਤੇ ਕਨੈਕਟ ਕਰ ਲਿਓ। ਅੱਜ ਨਾਪਰੀ ਦਾ ਪਹਿਲਾ ਦਿਨ। ਕਲੱਚ ਪੂਰਾ ਜੀ, ਕਲੱਚ ਪੂਰਾ ਜੀ, ਗੇਅਰ, ਹਾਂ ਗੇਅਰ ਕਰੋ, ਦੂਜਾ ਸਟੀਅਰਿੰਗ ਨਹੀਂ ਹਿਲਾਉਣਾ, ਗੇਅਰ ਕੰਮ ਲੈਫਟ ਦੇ ਪਾਸੇ ਨਹੀਂ, ਦੂਜਾ ਗੇਅਰ ਕਿੱਥੇ ਆ, ਲੈਫਟ ਕਰ, ਰਿਲੈਕਸ ਹੋ ਗਿਆ ਆਰਾਮ ਨਾਲ, ਕੋਈ ਗੱਲ ਨਹੀਂ, ਲੈਫਟ ਕਰ ਲਈ, ਹਾਂ ਰਾਈਟ ਹੀ ਕਰ ਲਓ, ਮੈਂ ਰਾਈਟ ਕਰੂੰ ਜੀ। ਮਿੱਤਰ ਪਿਆਰਿਓ, ਜਿਮ ਆ ਗਏ ਆਪਾਂ, ਸਾਂਝ ਨੂੰ ਛੱਡਿਆ ਸਕੂਲੇ, ਅਤੇ ਅੱਜ ਪੁਰਾਣੇ ਬਲੌਗ ਨੂੰ ਕੰਟੀਨਿਊ ਕਰਦੇ ਹੋਏ। ਸੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਨਵੇਂ ਦਿਨ 'ਤੇ ਪੁਰਾਣੇ ਬਲੌਗ ਨੂੰ ਕੰਟੀਨਿਊ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਚੜ੍ਹਦੀ ਕਲਾ 'ਚ ਹੋਵੋਗੇ। ਆਪਾਂ ਅੱਜ ਤਿਆਰੀ ਕਰਦੇ ਪਏ ਹਾਂ ਲੇਹ-ਲਦਾਖ ਦੀ, ਕੱਲ੍ਹ ਉੱਪਰ ਨਿਕਲਾਂਗੇ ਪੱਕਾ 100%, ਚਾਹੇ ਮੀਂਹ ਹਨੇਰੀ ਤੂਫਾਨ ਆਵੇ। ਆਪਾਂ ਫਰਿੱਜ ਵੀ ਸੈੱਟ ਕਰਤੀ, ਆਪਾਂ ਤਾਰ ਪਾਤੀ, ਇਨਵੈਟਰ ਚਾਰਜ ਹੋ ਰਿਹਾ ਵਾ, ਬੈਟਰੀਆਂ ਚਾਰਜ ਹੋ ਰਹੀਆਂ, ਸਿਸਟਮ ਸਾਰਾ ਰੈਡੀ ਆ। ਪਾਣੀ ਦਾ ਜੁਗਾੜ ਵੀ ਹੋ ਗਿਆ, ਤੁਹਾਨੂੰ ਦਿਖਾਉਣਾ ਉਹ ਪਾਣੀ, ਉਹਦੇ ਵਿੱਚ ਪੰਪ ਪਾਤਾ ਆਪਾਂ, ਜਾਂ ਫਰਿੱਜਰ ਵੀ ਰੱਖਤੀ। ਬਸ ਹੁਣ ਗਰੋਸਰੀ ਕਰਨੀ ਆ ਆਪਾਂ, ਇੱਕ ਆਪਾਂ ਗਰੋਸਰੀ ਕਰਨੀ ਆ, ਅਤੇ ਆਪਾਂ ਭਾਂਡੇ ਭੁੰਡੇ ਲੈਣੇ ਆ ਇਹਦੇ ਵਾਸਤੇ। ਚਲੋ ਹੁਣ ਦੱਸਦੇ ਹਾਂ ਅੱਜ ਕੀ ਬਣਦਾ। ਲਓ ਵੀ ਮਿੱਤਰੋ, ਆਪਣਾ ਪਾਣੀ ਦਾ ਜੁਗਾੜ ਹੋ ਗਿਆ, ਆਪਾਂ ਸ਼ਾਵਰ ਵੀ ਲਿਆਂਦਾ, ਤੁਹਾਨੂੰ ਦਿਖਾਉਂਦੇ ਹਾਂ ਪਾਣੀ ਦਾ ਪ੍ਰੈਸ਼ਰ, ਪੰਪ ਦਾ ਪ੍ਰੈਸ਼ਰ ਕਿੰਨਾ ਕੁ, ਤੁਸੀਂ ਦੇਖਿਓ ਹੁਣ, ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ। ਚੈੱਕ ਕਰੋ ਪੂਰਾ ਪ੍ਰੈਸ਼ਰ ਬਣ ਗਿਆ, ਨਹਾਉਣ ਦਾ, ਧੋਣ ਦਾ, ਭਾਂਡੇ ਧੋਣ ਦਾ, ਲੈਟਰਨ ਬਾਥਰੂਮ ਸਾਰਾ ਇਹ ਤੋਂ ਹੋਊਗਾ। ਚੱਲ ਬਸ ਗੱਡੀ ਕਰਨ, ਗੱਡੀ ਕਰੀ ਨਾ, ਹੁਣ ਤੈਨੂੰ ਚਾਬੀਆਂ ਸਮਾਨ ਰੱਖਣ ਦਿਆ। ਹਾਂ ਚੈੱਕ ਕਰੋ ਸਪਰੇ, ਇੱਥੇ ਟੰਗ ਦੀ ਕਰਤੀ, ਫਰਿੱਜ ਠੀਕ ਹੈ ਜੀ, ਆਪਾਂ ਇੱਦਾਂ ਟੰਗ ਦੀ ਰੱਖਾਂਗੇ, ਸਾਰਾ ਸਿਸਟਮ ਪਿਆ। ਹਾਂਜੀ ਰੱਬ ਵੀ ਮੀਂਹ ਰੋਜ਼ ਹੀ ਪਾ ਦਿੰਦਾ ਵਾ, ਹੁਣ ਮੀਂਹ ਦੀ ਲੋੜ ਨਹੀਂ ਹੈਗੀ ਜੱਟਾਂ ਨੂੰ ਹੈਰਾਨ ਕਰਨ ਵਾਸਤੇ। ਪਰ ਜੱਟ ਵੀ ਕਿਹੜਾ ਬੰਦੇ, ਖਰਾਬ ਹੋ ਗਏ ਬੰਦੇ ਆਪਣੇ ਵੀ, ਜੈਸੇ ਨੂੰ ਤੈਸਾ ਹੀ ਹੁੰਦਾ ਹੁੰਦਾ। ਅਤੇ ਗੱਲ ਹੈਗੀ ਆ ਮਿੱਤਰੋ, ਬਲੌਗ ਨਹੀਂ ਆਏ ਕਈ ਦਿਨ ਹੋ ਗਏ, ਗਲ ਖਰਾਬ ਸੀਗਾ, ਸਿਰ ਬੁਖਾਰ ਹੋ ਗਿਆ ਸੀ, ਬਹੁਤ ਕੁਛ ਹੋ ਗਿਆ ਸੀ, ਉਹਦੇ ਕਰਕੇ ਬਲੌਕ ਨਹੀਂ ਆਏ। ਅਤੇ ਆਪਾਂ ਹੁਣ ਕੰਟੀਨਿਊ ਕਰਾਂਗੇ, ਹੁਣ ਸਰੀਰ ਸੈੱਟ ਆ ਥੋੜ੍ਹਾ ਜਿਹਾ। ਚਲੋ ਹੁਣ ਆਪਾਂ Q7 ਲੈ ਕੇ ਚੱਲੇ ਹਾਂ, ਇੱਕ ਦੋ ਕੰਮ ਕਰਨੇ ਆ ਕਰ ਲਈਏ। ਹਾਂਜੀ ਆਪਾਂ ਸਮਾਨ ਲੈ ਕੇ ਆਏ ਹਾਂ ਥੋੜ੍ਹਾ ਜਿਹਾ, ਹੁਣ ਗਰੋਸਰੀ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਸੈਟਿੰਗ ਹੋ ਰਹੀ ਆ। ਫਰੀਜ਼ਰ ਵਾਲਾ ਸਮਾਨ ਫਰੀਜ਼ਰ 'ਚ ਲਾਤਾ, ਅਤੇ ਆਪਾਂ ਜੋ ਦੂਜਾ ਇੱਕ ਨਾ ਦੁੱਧ ਲੈ ਕੇ ਆਇਆ ਮੈਂ, ਤੁਸੀਂ ਉਹ ਦੇਖਿਓ 6 ਮਹੀਨੇ ਬਾਅਦ ਸਪੈਰ ਹੋਣਾ, ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਦੁੱਧ ਭੇਜਦੇ ਆ। ਉਹ ਵੀ ਮਿੱਤਰੋ ਫਰਿਜਰੇਟਰ ਚੱਲਦਾ ਆਪਣਾ, ਆਹ ਆਪਣੀ ਤਾਰ ਆਈ ਹੈ ਮੇਨ ਚਾਰਜਿੰਗ ਵਾਸਤੇ, ਇਨਵੈਟਰ ਆਹ ਦੇਖੋ
ਮੈਂ ਨਾ ਲਿਆ ਯਾਰ ਦੁੱਧ ਆ ਲੱਸੀ ਆਪਣੀ ਆ ਦੁੱਧ ਲੈ ਕੇ ਆਇਆ ਮੈਂ ਜਿਹੜਾ ਦੁੱਧ ਆ ਨਾ ਇਹ ਐਕਸਪਾਇਰ ਹੋਣਾ ਜਾ ਕੇ 2024 ਦੇ 15 ਤਰੀਕ ਨੂੰ ਮੈਂ ਉਹਨੂੰ ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਮੈਂ ਇੰਨੇ ਟਾਈਮ 'ਚ ਦੁੱਧ ਕਦੇ ਨਹੀਂ ਖਰਾਬ ਹੋਊਗਾ ਕਹਿੰਦੇ ਪਤਾ ਨਹੀਂ ਵੀ ਐਂ ਆ ਕਿਹੜੀ ਕੰਪਨੀ ਦਾ ਇਹ ਬਾਹਰਲਾ ਭੁੱਲਾ ਫੱਸੀ FASSI ਬਾਹਰਲੀ ਕੰਪਨੀ ਲੱਗਦੀ ਹੈ ਵੀ ਇਹ ਨੈਸਲੇ ਦਾ ਹੈਗਾ ਵਧੀਆ ਦੁੱਧ ਆ ਪਰ ਚਲੋ ਦੇਖਦੇ ਹਾਂ ਯੂਜ਼ ਕਰਕੇ ਲੋਕ ਮਿੱਤਰੋ ਆਹ ਆਪਣਾ ਰੈਪ ਆ ਗਏ ਆਹ ਸਬਜ਼ੀਆਂ ਆ ਗਈਆਂ ਆਪਣੇ ਬਰਿਆਨੀ ਬਰਿਆਨੀ ਲਿਆਉਂਦੀਆਂ ਆਹ ਮੈਗੀ ਮੂਗੀ ਨਾਲ ਰੱਖ ਲਈ ਵਾਧੂ ਚੱਲ ਐਮਰਜੈਂਸੀ ਬੰਦਾ ਖਾਲਣਾ ਕਰਦੇ ਰਹਿ ਕੇ ਦੋ ਮਿੰਟ 'ਚ ਆਹ ਦੁੱਧ ਲਿਆਉਂਦਾ ਲੱਸੀ ਲੈ ਲਈ ਇੱਕ ਆਪਾਂ ਬਾਕੀ ਸਮਾਨ ਲੈਣਾ ਅੱਜ ਅੱਜ ਸਮਾਨ ਸਾਰਾ ਪੂਰਾ ਕਰ ਦਾਂਗੇ ਕੱਲ੍ਹ ਨੂੰ ਤੁਰਨਾ ਜੋ ਵੀ ਕੁਛ ਹੋ ਜਾਵੇ ਮਰਜ਼ੀ ਹਾਂਜੀ ਵਾਹਿਗੁਰੂ ਉਹ ਮੈਨੂੰ ਸਮਾਨ ਪਾ ਦਿਉ ਦੂਜਾ ਨੂਣ ਮਿਰਚ ਮਸਾਲਾ ਕੜਾਹੀਆਂ ਲੈਕਾਉਣੀਆਂ ਤਵਾ ਲੈਕਾਉਣਾ ਇੱਕ ਵਾਹਵਾ ਕੁਛ ਲੈਣਾ ਹਜੇ ਹਾਂਜੀ ਲਓ ਵੀ ਮਿੱਤਰੋ ਆਪਣੀ ਚਾਹ ਪੱਤੀ ਨੂਣ ਮਿਰਚ ਮਿਰਚਾਂ ਨੂਣ ਤਾਂ ਬਹੁਤ ਆ ਨੂਣ ਵੀ ਬਹੁਤ ਆ ਵੈਸੇ ਘਰ ਦੇ ਨੂਣ ਦਾ ਹਲਦੀ ਅਲੈਜੀ ਅਲੈਜੀਆਂ ਅਤੇ ਮੇਨ ਚੀਜ਼ ਆਹ ਕਰਦਾ ਇੱਕ ਆਹ ਲਓ ਮਿੱਤਰੋ ਆਪਣਾ ਟੂਲ ਵੀ ਰੈਡੀ ਆ ਆਹ ਆਪਣਾ ਦਰਖਤ ਕੱਟਣ ਵਾਲਾ ਵੀ ਲੈ ਕੇ ਜਾਵਾਂਗੇ ਨਾਲ ਆਹ ਆਪਣਾ ਹੈਗਾ ਬੈਗ ਸਲੀਪਿੰਗ ਬੈਗ ਦੋ ਕੁਰਸੀਆਂ ਪਈਆਂ ਬਸ ਸਮਾਨ ਰੈਡੀ ਕਰਦੇ ਪਏ ਹਾਂ ਕੱਲ੍ਹ ਨੂੰ ਚੱਲਾਂਗੇ ਅਤੇ ਚਾਰਜਰ ਲਾਇਆ ਹੋਇਆ ਆਪਣਾ ਇਨਵੈਟਰ ਵੀ ਹੁਣ ਆਪਾਂ ਸਮਾਨ ਲੈ ਕੇ ਆਉਣਾ ਵਾ ਅਤੇ ਚਲੋ ਚੱਲਦੇ ਹਾਂ ਲਓ ਵੀ ਮਿੱਤਰੋ ਆ ਗਏ ਗਰੋਸਰੀ ਸਟੋਰ ਆਪਾਂ ਕੱਲ੍ਹ ਤੁਹਾਨੂੰ ਪਤਾ ਵਾ ਲੇਹ ਲੱਦਾਖ ਨਿਕਲਣਾ ਵਾ ਗਰੋਸਰੀ ਕਰਨ ਆਏ ਹਾਂ ਤੁਹਾਨੂੰ ਦੱਸਦੇ ਹਾਂ ਕੀ ਲੈਣਾ ਕੀ ਚਾਹੀਦਾ ਲਓ ਵੀ ਮਿੱਤਰੋ ਗਰੋਸਰੀ ਕਰ ਲਈ ਬਿੱਲ ਹੋਣ ਲੱਗਿਆ ਚੈੱਕ ਕਰੋ ਕਿੰਨਾ ਸਮਾਨ ਬਿੱਲ ਵੀ ਲੱਗ ਗਿਆ ਸਾਰਾ ਸਮਾਨ ਇਹ ਸਾਰਾ ਸਮਾਨ ਫੋਰ ਕੈਂਪਿੰਗ ਲਓ ਵੀ ਮਿੱਤਰੋ ਆਪਣੇ ਆ ਗਏ ਰਸ ਰੱਖ ਦਿੰਦੇ ਹਾਂ ਆਪਣੇ ਸਮਾਨ ਇਹਦੇ 'ਚ ਖੰਡ ਆ ਲਓ ਵੀ ਮਿੱਤਰੋ ਗਰੋਸਰੀ ਦਾ ਸਮਾਨ ਸਾਰਾ ਆ ਗਿਆ ਰੈਡੀ ਕੁਛ ਰਹਿ ਗਿਆ ਕੁਛ ਇਹ 'ਚ ਸਾਰਾ ਸਮਾਨ ਆ ਗਿਆ ਟੋਟਲ ਤਕਰੀਬਨ ਸਾਰਾ ਸਮਾਨ ਆ ਗਿਆ ਕੁਛ ਰਹਿ ਗਿਆ ਬਾਹਰ ਆਪਾਂ ਬੈਗ 'ਚ ਪਾਵਾਂਗੇ ਅਤੇ ਆ ਭਾਂਡੇ ਧੋਣ ਆ ਗਿਆ ਐਕਚੁਲੀ ਦੇਖੋ ਮਿੰਨੀ ਘਰ 'ਚ ਸਾਰਾ ਸਿਸਟਮ ਬਣ ਗਿਆ ਚੈੱਕ ਕਰੋ ਤੁਸੀਂ ਦੱਸੋ ਕਿਵੇਂ ਬਣਿਆ ਆ ਚੈੱਕ ਕਰੋ ਜੀ ਮਿੰਨੀ ਘਰ ਬਣ ਗਿਆ ਆਪਣਾ ਡਰੋਨ ਚੱਲਦਾ ਵਾ ਅਤੇ ਮੈਂ ਸਾਈਕਲ ਚਲਾਉਂਦੀ ਹਾਂ ਅਸੀਂ ਖੇਡਦੇ ਹਾਂ ਬਾਹਰ ਅੱਜ ਪਾਰਕ 'ਚ ਸੰਡੇ ਕਰਕੇ ਮੌਸਮ ਬਹੁਤ ਵਧੀਆ ਵਾ ਪਰ ਗਰਮੀ ਵੀ ਆਉਂਦੀ ਆ ਹੈਲੋ ਹੈਲੋ ਮਿੱਤਰੋ ਮਿੱਤਰੋ ਹੈਲੋ ਮਿੱਤਰੋ ਹੈਲੋ ਮਿੱਤਰੋ ਆਹ ਦੇਖੋ ਆਹ ਦੇਖੋ ਮੈਂ ਵੀ ਪਾਏ ਹੋਏ ਨੇ ਮਿੱਤਰੋ ਉਹਦੇ ਡੈਡਾ ਮਿੱਤਰੋ ਆਹ ਦੇ ਦੇਖੋ ਮਿੱਤਰੋ ਬਾਪੂ ਜੀ ਬੈਠ ਗਏ ਠੀਕ ਹੋ ਗਏ ਨੇ ਠੀਕ ਹੁਣ ਹੁਣ ਕੰਮ ਦੇ ਦਿੰਦੇ ਨੇ ਠੀਕ ਹੋ ਗਏ ਨੇ ਉਹ ਦੇਖੋ ਮਿੱਤਰੋ ਮਿੱਤਰੋ ਚ ਲਈ ਜਾਂਦੇ ਆ ਦੇਖੋ